ਪਾਠ 10ਵਾਂ ਮਾਂ ਬੋਲੀ ਪੰਜਾਬੀ ਉਦੇਸ਼ ਪੰਜਾਬੀ ਬੋਲੀ ਨੂੰ ਪੜ੍ਹਨ ਲਿਖਣ ਅਤੇ ਸਾਹਿਤ ਪੜ੍ਹਨ ਲਈ ਉਤਸ਼ਾਹਿਤ ਕਰਨਾ ਮਾਂ ਬੋਲੀ ਪੰਜਾਬੀ ਸਾਡੀ ਵੱਖਰੀ ਹੈ ਪਹਿਚਾਣ ਪੰਜ ਪਾਣੀਆਂ ਦੀ ਰਾਣੀ ਦੀ ਸੋਨੇ ਵਰਗੀ ਸ਼ਾਨ ਫਰੀਦ ਕਬੀਰ ਹੁਸੈਨ ਬੁੱਲੇ ਪੰਜਾਬੀ ਲਿਖੀ ਉਚਾਰੀ ਸੀ ਗੁਰੂ ਅੰਗਦ ਗੁਰਮੁਖੀ ਲਿਪੀ ਵਿੱਚ ਪੰਜਾਬੀ ਸ਼ਿੰਗਾਰੀ ਸੀ ਭਾਈ ਗੁਰਦਾਸ ਤੋਂ ਗੁਰੂ ਅਰਜੁਨ ਜੀ ਗ੍ਰੰਥ ਸਾਹਿਬ ਲਿਖਵਾਣ ਮਾਂ ਬੋਲੀ ਪੰਜਾਬੀ ਸਾਡੀ ਵੱਖਰੀ ਹੈ ਪਹਿਚਾਨ ਜੇਹਲਮ ਰਾਵੀ ਬਿਆਸ ਸਤਲੁਜ ਢੋਲੇ ਗੌਣ ਚਨਾਬ ਝਾਂਜਰ ਦੇ ਛਨਕਾਟਿਆਂ ਵਰਗੇ ਪਾਣੀ ਇਨ੍ਹਾਂ ਦੇ ਸਾਜ਼ ਹਰੀ ਭਰੀ ਧਰਤੀ ਦੇ ਮੁਖਤੇ ਅੰਮ੍ਰਿਤ ਪਏ ਵਰਸਾਣ ਮਾਂ ਬੋਲੀ ਪੰਜਾਬੀ ਸਾਡੀ ਵੱਖਰੀ ਹੈ ਪਹਿਚਾਨ ਊੜਾ ਐੜਾ ਈੜੀ ਅੱਖਰ ਚੰਦ ਸਿਤਾਰੇ ਲੱਗਦੇ ਨੇ ਲਾਂ ਦੁਲਾਵਾਂ ਬਿੰਦੀ ਟਿੱਪੀ ਕੰਨਾਂ ਪਿਆਰੇ ਲੱਗਦੇ ਨੇ ਬਿਹਾਰੀ ਸਿਹਾਰੀ ਔਂਕੜ ਦੁਲੈਂਕੜ ਗੀਤ ਮਿੱਠਾ ਕੋਈ ਗਾਣ ਮਾਂ ਬੋਲੀ ਪੰਜਾਬੀ ਸਾਡੀ ਵੱਖਰੀ ਹੈ ਪਹਿਚਾਨ ਮਾਝੀ ਦੁਆਬੀ ਮਲਵਈ ਪੁਆਧੀ ਇਸ ਦੇ ਉਪ ਸਰੂਪ ਲੋਕ ਗੀਤਾਂ ਚੋ ਝਲਕਾਂ ਮਾਰੇ ਇਸ ਦਾ ਸੋਹਣਾ ਰੂਪ ਟਕਸਾਲੀ ਵਿੱਚ ਛਪਣ ਕਿਤਾਬਾਂ ਮਿੱਠੀ ਸ਼ਹਿਦ ਜ਼ੁਬਾਨ ਮਾਂ ਬੋਲੀ ਪੰਜਾਬੀ ਸਾਡੀ ਵੱਖਰੀ ਹੈ ਪਹਿਚਾਨ ਮਾਂ ਬੋਲੀ ਵਿੱਚ ਹਸੀਏ ਰੋਈਏ ਗਾਈਏ ਸ਼ਗਨ ਮਨਾਈਏ ਜਨਮ ਵਿਆਹ ਤੇ ਮੌਤ ਦੇ ਵੇਲੇ ਗੀਤ ਪੰਜਾਬੀ ਗਾਈਏ ਮਾਈਏ ਲੱਗ ਕੇ ਖਾਰੇ ਚੜੀਏ ਭੰਗੜੇ ਸਾਰੇ ਪਾਣ ਮਾਂ ਬੋਲੀ ਪੰਜਾਬੀ ਸਾਡੀ ਵੱਖਰੀ ਹੈ ਪਹਿਚਾਨ ਮਾਂ ਬੋਲੀ ਅਸੀਂ ਮਾਂ ਤੋਂ ਸਿੱਖੀਏ ਮਾਂ ਨੂੰ ਸੀਸ ਚੁਕਾਈਏ ਬੋਲੀ ਆਪਣੀ ਬੋਲੀਏ ਲਿਖੀਏ ਪੜ੍ਹੀਏ ਅਤੇ ਪੜ੍ਹਾਈਏ ਅੰਬਰਾਂ ਤੋਂ ਵੀ ਉੱਚਾ ਹੋ ਜਾਏ ਮਾਂ ਬੋਲੀ ਦਾ ਮਾਣ ਮਾਂ ਬੋਲੀ ਪੰਜਾਬੀ ਸਾਡੀ ਵੱਖਰੀ ਹੈ ਪਹਿਚਾਣ ਪੰਜ ਪਾਣੀਆਂ ਦੀ ਰਾਣੀ ਦੀ ਸੋਨੇ ਵਰਗੀ ਸ਼ਾਨ ਕੀ ਸਿੱਖਿਆ ਆਪਣੀ ਮਾਂ ਬੋਲੀ ਦਾ ਆਦਰ ਸਤਿਕਾਰ